ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੋਲ ਸਾਹਿਬ ਅ ਵੈਰੀ ਵੈਰੀ ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ। ਬਹੁਤ ਹੀ ਅਜੀਬੋ ਗਰੀਬ ਮੌਸਮ ਸੀ ਜੀ, ਜਿੱਥੇ ਮੀਂਹ ਵੀ ਪੈ ਰਿਹਾ ਸੀ ਉੱਥੇ ਸਨੋ ਵੀ ਪਈ ਹੈ, ਸੋ ਕਾਫੀ ਕੈਂਸਲੇਸ਼ਨਸ ਵੀ ਹੋਈਆਂ ਨੇ ਜੀ ਸਕੂਲਸ ਨੂੰ ਲੈ ਕੇ। ਯੈਸ ਅਰਸ਼, ਇਹ ਨਾ ਪਿਛਲੇ 24-36 ਘੰਟਿਆਂ ਦੇ ਵਿੱਚ ਵੈਦਰ ਦੇ ਵਿੱਚ ਜਾਣੀ ਮੇਜਰ ਸ਼ਿਫਟ ਜਿਹੜੀ ਦੇਖੀ ਗਈ ਹੈ ਵੀ +10 degrees ਤੋਂ ਹੁਣ ਆਪਾਂ ਦੇਖ ਰਹੇ ਹਾਂ ਵੀ 9 degrees ਤੋਂ ਵੀ ਹੇਠਾਂ ਟੈਂਪਰੇਚਰ। ਇਹਦੇ ਨਾਲ ਹੀ ਫਿਰ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਮੀਂਹ ਵਾਲਾ ਮੌਸਮ ਸੀਗਾ, ਉਹ ਤੋਂ ਬਾਅਦ ਫਿਰ ਜਾਣੀ ਆ ਹੁਣ ਸਨੋਫਾਲ ਬੜੀ ਗੋਡੇ ਗੋਡੇ ਕਈ ਇਲਾਕਿਆਂ ਦੇ ਵਿੱਚ ਤਾਂ ਹੋ ਗਈ ਹੈ ਜੀ। ਇਹ ਜਦੋਂ ਹੁੰਦਾ ਨਾ ਵੀ ਦੇਖੋ ਕਦੇ ਮੀਂਹ ਕਦੇ ਬਰਫ਼ ਤੇ ਕਦੇ ਹੁਣ ਧੁੱਪ ਲੱਗੀ ਹੋਈ ਹੈ, ਇਸੇ ਕਰਕੇ ਜਾਣੀ ਕਿਸੇ ਨੇ ਗੱਲ ਬਣਾ ਲਈ ਸੀ ਵੀ ਮੌਸਮ ਇਹਨਾਂ ਦੇਸ਼ਾਂ ਦੇ ਵਿੱਚ ਕੋਈ ਭਰੋਸਾ ਨਹੀਂ ਮੌਸਮ ਦਾ, ਹਨਾ, ਕਿਉਂਕਿ ਉੱਥੇ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ, ਅਫਰੀਕਾ 'ਚ ਹੋਰ ਕਈ ਇਲਾਕਿਆਂ 'ਚ ਵੀ ਜੇ ਧੁੱਪ ਲੱਗੀ ਗਈ ਤੇ 3-3 ਮਹੀਨੇ ਧੁੱਪ ਹੀ ਲੱਗੀ ਗਈ, ਹਨਾ, ਰਾਈਟ, ਤੇ ਉੱਥੇ ਕੋਈ ਬਹੁਤਾ ਬਦਲਾਅ ਨਹੀਂ ਜਾਣੀ ਮੌਸਮ ਦੇ ਵਿੱਚ ਆਉਣਾ ਹੁੰਦਾ ਵੀ ਜੇ ਗਰਮੀ 'ਚ ਲੋਅ ਵਗਣ ਲੱਗੀ ਤੇ ਲੋਅ ਹੀ ਵਗੀ ਗਈ ਕਈ ਕਈ ਹਫ਼ਤੇ ਤੇ, ਪਰ ਇੱਥੇ ਸਾਡੇ ਹੁਣ ਤੁਸੀਂ ਦੇਖ ਲਓ ਵੀ ਪਿਛਲੇ ਕੁਛ ਘੰਟਿਆਂ ਦੇ ਵਿੱਚ ਹੀ ਆ ਹੁਣ ਇਸ ਵੇਲੇ ਨੀਲਾ ਆਕਾਸ਼ ਆ, ਲਗਭਗ ਕਿਤੇ ਕਿਤੇ ਬੱਦਲੀਆਂ ਤੇ ਸੂਰਜ ਚਮਕ ਰਿਹਾ, ਤੇ ਰਾਤੀ ਜਿਹੜਾ ਜਿਵੇਂ ਪਿਛਲੇ ਕੁਛ ਘੰਟਿਆਂ ਦੇ ਦੌਰਾਨ ਹੀ ਇਹ ਬਰਫ਼ਬਾਰੀ ਦੇ ਵਿੱਚ ਗੋਡੇ ਗੋਡੇ ਇੰਨੀ ਕੁ ਬਰਫ਼ ਪਈ ਆ ਤੇ ਕੈਂਸਲੇਸ਼ਨ ਆਪਾਂ ਦੇਖ ਰਹੇ ਹਾਂ, ਵੀ ਸਕੂਲਾਂ ਦੀ ਜਿਹੜੀ ਐਜੂਕੇਸ਼ਨ ਠੱਪ ਆ, ਬਹੁਤ ਸਾਰੇ ਜੀ ਟੀ ਏ ਦੇ ਵੈਸੇ ਸਕੂਲ ਇੰਕਲੂਡਿੰਗ ਟੋਰਾਂਟੋ, ਉੱਥੇ ਤੇ ਉਹਨਾਂ ਨੇ ਜੇ ਵੀ ਉਹ ਪੀ ਏ ਡੇ ਸੀਗਾ ਵੀ ਸਕੂਲ ਸਟੂਡੈਂਟਸ ਵਾਸਤੇ ਵੈਸੇ ਹੀ ਬੰਦ ਸੀ ਜੀ, ਤੇ ਟਰਾਂਸਪੋਰਟੇਸ਼ਨ ਵਗੈਰਾ ਬਹੁਤ ਹੀ ਰੱਦ ਕੈਂਸਲ ਨਹੀਂ ਕਰਨੀ ਪਈ, ਪਰ ਯੋਰਕ ਰੀਜਨ ਦੇ ਵਿੱਚ ਜਿਹੜਾ ਜੀ ਕਿ ਉਹਨਾਂ ਨੇ ਨਾ ਸਕੂਲ ਕੈਂਸਲ ਕੀਤੇ ਆ ਨਾ ਬੱਸ ਟਰਾਂਸਪੋਰਟੇਸ਼ਨ ਕੈਂਸਲ ਕੀਤੀ ਆ, ਪਰ ਪੀਲ ਰੀਜਨ ਦੇ ਵਿੱਚ, ਹਾਲਟਨ ਦੇ ਵਿੱਚ, ਹੋਰ ਕੁਝ ਇਲਾਕਿਆਂ ਦੇ ਵਿੱਚ ਜਾਣੀ ਉਹਨਾਂ ਨੇ ਬੱਸ ਟਰਾਂਸਪੋਰਟੇਸ਼ਨ ਵੀ ਕੈਂਸਲ ਕੀਤੀ ਆ ਤੇ ਸਕੂਲ ਵੀ ਬੰਦ ਰੱਖੇ ਜਾ ਰਹੇ ਆ, ਤੇ ਜਿਹੜੀ ਐਜੂਕੇਸ਼ਨ ਆ ਜਾਣੀ ਕਿ ਇਹ ਇਨ ਪਰਸਨ ਦੀ ਬਜਾਏ ਜਾਣੀ ਕਿ ਆਨਲਾਈਨ ਵਰਚੁਅਲ ਟ੍ਰਾਂਸਫਰ ਕਰ ਦਿੱਤੀ ਗਈ ਆ, ਸੋ ਸਟੂਡੈਂਟਸ ਜਿਹੜੇ ਹੁਣ ਇਸ ਘੜੀ ਆਪਣਾ ਵਰਚੁਅਲ ਲੌਗਇਨ ਹੋ ਕੇ ਤੇ ਪੀ ਮੈਸਿਸਾਗਾ 'ਚ, ਬ੍ਰੈਂਪਟਨ 'ਚ, ਕੈਨੇਡਨ 'ਚ ਉਹ ਜੀ ਆਪਣੀ ਪੜ੍ਹਾਈ ਸ਼ੁਰੂ ਕਰ ਰਹੇ ਨੇ ਜੀ, ਤੇ ਸਕੂਲਸ ਜਿਹੜੇ ਜੀ ਵੀ ਅੱਜ ਉਹ ਬੰਦ ਰਹਿਣਗੇ, ਤੇ ਇੱਦਾਂ ਹੀ ਵੀ ਜਾਣੀ ਸੜਕਾਂ 'ਤੇ ਫਿਰ ਆਪਾਂ ਕਹਿੰਦੇ ਹਾਂ ਵੀ ਗੱਡੀਆਂ ਤਿਲਕ ਤਿਲਕ ਕੇ ਫਿਰ ਉਹ ਖੱਡਾਂ 'ਚ ਡਿੱਗਦੀਆਂ ਨੇ, ਠੰਡ ਦੇ ਵਿੱਚ ਡਰਾਈਵਰ ਅਤੇ ਸਵਾਰੀਆਂ ਉਹਨਾਂ ਨੂੰ ਟਰਨਾ ਪੈਂਦਾ, ਕੰਨਾਂ ਨੂੰ ਫੋਨ ਲਗਾ ਕੇ ਹੈਲਪ ਵੀ, ਤੁਹਾਨੂੰ ਪਤਾ ਵੀ ਜੇ ਹੁਣ ਥੋੜ੍ਹੇ ਜਿਹੇ ਇਲਾਕੇ ਦੇ ਵਿੱਚ ਹੀ ਸੈਂਕੜੇ ਐਕਸੀਡੈਂਟ ਵਾਪਰ ਜਾਣਗੇ ਤੇ ਹੈਲਪ ਕਰਨ ਵਾਲੇ ਵਾਲੀਆਂ ਉਹ ਤੇ ਉਨੇ ਕੀ ਆ ਨਾ ਜੀ, ਤੇ ਜੇ ਇੱਕਦਮ ਬਹੁਤ ਸਾਰੇ ਇੰਸੀਡੈਂਟ ਵਾਪਰਨਗੇ ਤੇ ਫਿਰ ਵਾਰੀ ਅਨੁਸਾਰ ਹੀ ਜਾਣੀ ਕਿ ਉਹਨਾਂ ਨੇ ਪਹੁੰਚਣਾ, ਤੇ ਜਿਹਦੇ ਕਰਕੇ ਫਿਰ ਠੰਡ 'ਚ ਲੋਕਾਂ ਨੂੰ ਠਰਨਾ ਪੈ ਸਕਦਾ ਜੀ। ਇਹਦੇ ਨਾਲੋਂ ਜਾਣੀ ਕਿ ਬਹੁਤ ਸੌਖਾ ਤਰੀਕਾ ਇਹ ਹੁੰਦਾ ਵੀ ਤੁਸੀਂ ਜਸਟ ਗੱਡੀ ਦੀ ਸਪੀਡ ਮੈਚ ਕਰ ਲਓ, ਹਨਾ, ਜਿੱਦਾਂ ਦੀ ਸਿਚੁਏਸ਼ਨ ਆ। ਇਹ ਤੇ ਹੁਣ ਕਹਿ ਰਹੀ ਆ ਪੁਲਿਸਾਂ ਵੀ ਸਿੱਟਾ ਕੱਢਦੇ ਵੀ 80-85% ਤੱਕ ਜੋ ਕੁਝ ਵੀ ਇਹ ਸੜਕਾਂ ਤੇ ਤਰਥੱਲੀ ਮੱਚਦੀ ਆ, ਕਹਿ ਦਿੱਤਾ ਜਾਂਦਾ ਹਰ ਇੱਕ ਵੀ ਐਕਸੀਡੈਂਟ ਹੋ ਗਿਆ, ਅਸਲ 'ਚ ਐਕਸੀਡੈਂਟ ਨਹੀਂ ਹੁੰਦੇ, ਹਨਾ, ਕਿਉਂਕਿ ਸਾਵਧਾਨੀ ਹਟੀ ਤੇ ਦੁਰਘਟਨਾ ਘਟੀ। ਵੀ ਜੇ ਡਰਾਈਵਰ ਨੇ ਸੀਟ ਤੇ ਬਹਿ ਕੇ ਜਾਣੀ ਬ੍ਰੇਕ ਤੇ ਰੇਸ ਇਹ ਤਵਾਜਨ ਨਹੀਂ ਬਣਾਇਆ ਰੋਡ ਕੰਡੀਸ਼ਨਸ ਦੇ ਮੁਤਾਬਕ, ਤੇ ਫਿਰ ਘਟਨਾ ਤੇ ਘਟੇਗੀ, ਸੋ ਇਹ ਘਟਨਾਵਾਂ ਆ ਨਾ ਕਿ ਇਹ ਐਕਸੀਡੈਂਟ ਆ, ਹਨਾ। ਸੋ ਐਕਸੀਡੈਂਟ ਥੋੜ੍ਹਾ ਜਿਹਾ ਇਹ ਮੌਸਮ ਜਿੰਨਾ ਮਰਜ਼ੀ ਖਰਾਬ ਹੋ ਜਾਵੇ ਜੀ, ਕਿਤੇ ਨਾ ਕਿਤੇ ਜਾਣੀ ਕਿ ਥੋੜ੍ਹਾ ਜਿਹਾ ਜ਼ਰੂਰ ਇਹ ਡਰਾਈਵਰ ਦੇ ਹੱਥ ਪੱਥ ਹੁੰਦਾ ਹੈ, ਪਰ ਕੁੱਲ ਮਿਲਾ ਕੇ ਜਾਣੀ ਕਿ ਸਿਚੁਏਸ਼ਨ ਇਹ ਅੱਜ ਵੀ ਸੜਕਾਂ ਤੇ ਤਿਲਕ ਤਿਲਕ ਕੇ ਜਾਣੀ ਗੱਡੀਆਂ ਸਲਿਪ ਹੋ ਕੇ ਕਾਫੀ ਸਾਰੇ ਜਿਹੜੇ ਜੀ ਸਿੰਗਲ ਵਹੀਕਲ ਐਕਸੀਡੈਂਟਸ ਵੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਹੋਏ ਹੋਏ ਆ, ਸੋ ਕੈਂਸਲੇਸ਼ਨਸ ਵੀ ਹੈਗੀਆਂ, ਪਰ ਹੁਣ ਕੁੱਲ ਮਿਲਾ ਕੇ ਜਾਣੀ ਕਿ ਵੀ ਲੌਂਗ ਵੀਕਐਂਡ ਸ਼ੁਰੂ ਹੋ ਰਿਹਾ ਤੇ ਵੈਦਰ ਜਿਹੜਾ ਜੀ ਵੀ ਸਨੋ ਵਾਲਾ ਓਵਰ ਲੱਗਦਾ ਹਾਲ ਦੀ ਘੜੀ, ਤੇ ਕਹਿ ਲਓ ਵੀ ਗਰਮ ਵੈਦਰ ਇੱਕ ਵਾਰ ਫਿਰ ਸੋਮਵਾਰ ਤੱਕ ਕਿਤੇ ਨਾ ਕਿਤੇ ਜਾ ਕੇ 10 degrees centigrade ਤੋਂ ਜਿਹੜਾ ਟੈਂਪਰੇਚਰ ਆ ਉਹ ਦੁਬਾਰਾ ਹੋ ਜਾਣ ਦੀ ਸੰਭਾਵਨਾ ਜੀ। ਜਿੱਥੇ ਜੋਲ ਸਾਹਿਬ ਕੱਲ੍ਹ ਸਨੋ ਸਟੋਰਮ ਐਂਡ ਮੀਂਹ ਦਾ ਬਾਰਿਸ਼ ਦਾ ਸਟੋਰਮ ਆਇਆ ਸੀ, ਉੱਥੇ ਕਈ ਜਗ੍ਹਾ ਬ੍ਰੈਂਪਟਨ ਦੇ ਵਿੱਚ ਫਲੱਡਸ ਵੀ ਆਏ ਨੇ। ਯੈਸ, ਇਹ ਨਾ ਐਮਰਜੈਂਸੀ ਸਿਚੁਏਸ਼ਨ ਵੈਸੇ ਬ੍ਰੈਂਪਟਨ ਦੇ ਵਿੱਚ, ਮੇਨਲੀ ਇਹ ਵੈਸਟਰਨ ਏਰੀਆ ਦੇ ਵਿੱਚ ਜਾਣੀ ਬ੍ਰੈਂਪਟਨ ਵੈਸਟ ਦੇ ਵਿੱਚ ਤੇ ਸਾਊਥ ਇਲਾਕੇ ਦੇ ਵਿੱਚ ਹੜ੍ਹਾਂ ਵਰਗੀ ਜਿਹੜੀ ਸਿਚੁਏਸ਼ਨ ਆ ਜੀ ਪਈ ਰਹੀ ਆ, ਲਗਭਗ 100 ਤੋਂ ਜ਼ਿਆਦਾ ਜਿਹੜੇ ਜਾਣੀ ਕਿ ਘਰ ਆ ਉਹ ਬੇਸਮੈਂਟਸ ਆ ਉਹਨਾਂ ਦਾ ਵੀ ਨੁਕਸਾਨ ਹੋਇਆ ਹੋ ਸਕਦਾ ਪਾਣੀ ਭਰਨ ਕਰਕੇ, ਇਹਦੇ ਨਾਲ ਹੀ ਜਾਣੀ ਕਿ ਕੁਛ ਲੋਕਾਂ ਨੂੰ ਫਿਰ ਐਟ ਦਾ ਐਂਡ ਐਮਰਜੈਂਸੀ 'ਚ ਇਵੈਕੂਏਟ ਵੀ ਕਰਨਾ ਪਿਆ, ਜਾਣੀ ਉਹਨਾਂ ਨੂੰ ਘਰਾਂ ਤੋਂ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣਾ ਪਿਆ, ਜਿਹਦੇ ਕਰਕੇ ਜਾਣੀ ਇਹ ਸਮੁੱਚੇ ਰੂਪ ਦੇ ਵਿੱਚ ਸਿਚੁਏਸ਼ਨ ਬ੍ਰੈਂਪਟਨ ਦੇ ਕੁਝ ਇਲਾਕਿਆਂ ਦੇ ਵਿੱਚ ਜਿਹੜੀ ਹੜ੍ਹਾਂ ਵਰਗੀ ਗੱਲ ਬਣੀ ਹੋਈ ਸੀਗੀ ਉਹਦੇ ਵਿੱਚ ਇਹ ਹੈ ਜੀ ਵੀ ਉਹਦੇ ਦੌਰਾਨ ਜਾਣੀ ਕਿ ਵੀ ਜਿਹੜਾ ਦੇਖਿਆ ਗਿਆ ਖਾਸ ਤੌਰ 'ਤੇ ਕ੍ਰੈਡਿਟ ਰਿਵਰ ਆ ਨਾ, ਕ੍ਰੈਡਿਟ ਰਿਵਰ ਆ ਉੱਧਰ, ਜਾਂ ਵੈਨਲੈਸ ਡਰਾਈਵ ਹੈ ਜਾਂ ਫਿਰ ਕ੍ਰੈਡਿਟ ਵਿਊ ਰੋਡ ਆ ਨਾਲ, ਉੱਥੇ ਕ੍ਰੈਡਿਟ ਵਿਊ ਰਿਵਰ ਨੂੰ ਕ੍ਰੋਸ ਕਰਦੀ ਆ ਜੀ 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 ਜੀ, ਇਸੇ ਤਰੀਕੇ ਦੇ ਨਾਲ ਜਾਣੀ ਕਿ ਪੀ ਏ ਸਟੀਲਜ਼ ਐਵੀਨਿਊ, ਚਰਚਲ ਰੋਡ, ਉਹਨਾਂ ਇਲਾਕਿਆਂ ਦੇ ਵਿੱਚ ਇਹ ਵਿੰਸਟਲ ਚਲਚਰ ਤੱਕ, ਉੱਧਰ ਹੈਰੀਟੇਜ ਰੋਡ ਤੱਕ,
ਜਿਹੜਾ ਜੀ ਵੀ ਇਹ ਸਮਝਿਆ ਜਾਂਦਾ ਵੀ ਖਤਰੇ ਵਾਲੇ ਇਹ ਪਾਣੀ ਕਰਕੇ ਹਾਲਾਤ ਜਿਹੜੇ ਆ ਜੀ ਵੀ ਉਹ ਹੋ ਰਹੇ ਹਨ। ਤੇ ਜਿਹੜਾ ਇਹ ਕ੍ਰੈਡਿਟ ਰਿਵਰ ਆਮ ਤੌਰ ਤੇ ਖਾਲੀ ਦੇਖਿਆ ਜਾਂਦਾ ਵੀ ਉਹਦੇ ਵਿੱਚ ਪਾਣੀ ਕੋਈ ਹੁੰਦਾ ਨਹੀਂ ਹੈ। ਵੈਦਰ ਦੀ ਅਰਸ਼ ਸ਼ਿਫਟ ਹੋਈ ਆ ਵੀ 10 ਡਿਗਰੀ ਸੈਂਟੀਗ੍ਰੇਡ ਜਦੋਂ ਪਲੱਸ ਹੋ ਗਿਆ ਤੇ ਬਰਫ਼ ਸਾਰੀ ਖੁਰ ਗਈ। ਹੁਣ ਬਰਫ਼ ਸਾਰੀ ਖੁਰ ਕੇ ਪਾਣੀ ਤੇ ਨੀਵੇਂ ਥਾਂ ਵੱਲ ਨੂੰ ਜਾਣਾ ਦਰਿਆ ਦੇ ਵਿੱਚ ਜਾ ਕੇ ਦਰਿਆ ਦੇ ਵਿੱਚ ਮਾਰ ਕੇ ਤੇ ਛੂਕਾਂ ਪਾਣੀ ਦੀਆਂ ਵੱਜਦੀਆਂ ਸੀਗੀਆਂ ਕੱਲ, ਉਹ ਅੱਜ ਵੀ ਇੱਦਾਂ ਹੀ ਆ ਜੀ। ਤੇ ਕੁੱਲ ਬਣਾ ਕੇ ਬਰਫ਼ ਜਿਹੜੀ ਹੁਣ ਹੋਰ ਪੈ ਗਈ ਆ ਇਹ 2-3 ਦਿਨਾਂ 'ਚ ਗਾਂਹ ਠੀਕ ਹੋਰਨੀ ਆ। ਸੋ ਇਹਦੇ ਕਰਕੇ ਰਿਸਕ ਜਿਹੜਾ ਜੀ ਵੀ ਅਜੇ ਗਿਆ ਨਹੀਂ ਹੈਗਾ ਵੀ ਇਹ ਹੜਾ ਮਰ ਗਈ ਕਹਿ ਲਓ ਵੀ ਉੱਥੇ ਪਾਣੀ ਜਿਹੜਾ ਦੁਬਾਰਾ ਆਉਣ ਦੀ ਸੰਭਾਵਨਾ ਨਹੀਂ ਹੋਏਗੀ। ਸੋ ਅਲਰਟ ਸਾਵਧਾਨ ਰਹਿਣਾ ਹੋਵੇਗਾ। ਇਹਦੇ ਵਿੱਚ ਇੰਨਾ ਹੀ ਹੈ ਜੀ ਵੀ ਜੇ ਇਹ ਸਿਚੁਏਸ਼ਨ ਬਣੇ ਵੀ ਕਿਤੇ ਕੋਈ ਜਾਣੀ ਕਿ ਸੀਵਰੇਜ ਸਟੱਕ ਹੋਇਆ ਜਾਂ ਫਿਰ ਕਿਸੇ ਦੇ ਬੇਸਮੈਂਟ ਵਿੱਚ ਪਾਣੀ ਪੈ ਗਿਆ, ਉਹ ਜਸਟ 911 ਕਾਲ ਨਹੀਂ ਹੈਗੀ, ਉਹ ਹੈਗੀ 311 ਕਾਲ, ਹਨਾ, ਸਿਟੀ ਨੂੰ ਰਿਪੋਰਟ ਕਰਨਾ। ਜਿੰਨਾ ਚਿਰ ਜਾਣੀ ਕਿ ਆਪਣੀ ਲਾਈਫ ਜਿਹੜੀ ਇਨ ਡੇਂਜਰ ਨਹੀਂ ਲੱਗਦੀ ਓਨਾ ਚਿਰ 911 ਕਾਲ ਜਿਹੜੀ ਆ ਜੀ ਵੀ ਉਹ ਨਹੀਂ ਬਣਦੀ ਹੁੰਦੀ। ਸੋ ਇਸ ਕਰਕੇ ਵੀ ਜੇ ਪਾਣੀ ਕਿਤੇ ਭਰ ਗਿਆ ਦਿਸਦਾ ਤੇ ਉਹਦੇ ਨਾਲ ਜਿਹੜਾ ਜੀ ਵੀ ਸੜਕਾਂ 'ਤੇ ਕੋਈ ਓਵਰਫਲੋ ਹੋ ਗਿਆ ਤੇ 311 ਕਾਲ ਜਿਹੜੀ ਆ ਉਹ ਕੀਤੀ ਜਾ ਸਕਦੀ ਆ। ਬਾਕੀ ਸਿਟੀ ਸਟਾਫ ਲੱਗ ਰਿਹਾ ਜੀ ਵੀ ਮੈਨੇਜ ਕਰ ਰਹੇ ਨੇ, ਕੱਲ੍ਹ ਰਾਤ ਤੋਂ ਉੱਥੇ ਲੱਗੇ ਹੋਏ ਨੇ, ਕੁਝ ਲੋਕਾਂ ਦੀ ਹੈਲਪ ਕੀਤੀ ਵੀ ਗਈ ਆ। ਪਰ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਵੀ ਜਾਣੀ ਬ੍ਰਹਮਪੁਰ ਦੇ ਕੁਝ ਇਲਾਕਿਆਂ ਦੇ ਵਿੱਚ ਹੜਾ ਮਾਰ ਦੀ ਹਾਲਤ ਜਿਹੜੀ ਆ ਉਹ ਕੱਲ੍ਹ ਤੋਂ ਚੱਲ ਰਹੀ ਹੈ। ਜੋਲ ਸਾਹਿਬ, ਆਟਵਾ ਦੇ ਵਿੱਚ ਜੋ ਹਲਚਲ ਹੋ ਰਹੀ ਹੈ ਜੀ, ਪ੍ਰੋਟੈਸਟਰਸ ਹਲੇ ਵੀ ਜਿਹੜੇ ਟਰੱਕਿੰਗ ਪ੍ਰੋਟੈਸਟਰ ਕਰ ਰਹੇ ਨੇ ਜੀ, ਪੁਲਿਸ ਹਲੇ ਵੀ ਐਕਸ਼ਨ ਲੈ ਰਹੀ ਹੈ ਜੀ ਐਂਡ ਹਟ ਨਹੀਂ ਰਹੇ ਨੀ। 3 ਐਮਰਜੈਂਸੀਜ਼ ਤੋਂ ਬਾਅਦ ਵੀ ਹਲੇ ਵੀ ਡਟੇ ਹੋਏ ਨੇ। ਇਹ 3 ਐਮਰਜੈਂਸੀਆਂ ਵਾਲੀ ਗੱਲ ਵੈਸੇ ਬੜੀ ਫਨੀ ਆ ਨਾ ਵੀ ਓਟਵਾ ਦੇ ਮੇਅਰ ਜਿਮ ਵਾਟਸਨ ਨੇ ਐਮਰਜੈਂਸੀ ਵੱਖਰੀ ਲਾਈ ਹੋਈ ਆ, ਓਨਟੈਰੀਓ 'ਚ ਜਾਂ ਓਟਵਾ ਤੇ ਓਨਟੈਰੀਓ ਦੇ ਮੁੱਖ ਮੰਤਰੀ ਸਾਡੇ ਡਗਲਸ ਫੋਰਡ ਉਹਨਾਂ ਨੇ ਐਮਰਜੈਂਸੀ ਆਪਣੀ ਜਗ੍ਹਾ ਤੇ ਲਾਈ ਹੋਈ ਆ ਪ੍ਰੋਵਿੰਸ ਦੇ ਵਿੱਚ, ਪੂਰੀ ਦੇ ਵਿੱਚ। ਉਧਰੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉਹ ਵੀ 14 ਤਰੀਕ ਦੇ ਸਾਰੇ ਦੇਸ਼ ਦੇ ਵਿੱਚ ਐਮਰਜੈਂਸੀ ਲਾ ਕੇ ਬੈਠੇ ਨੇ। ਬੈਠੇ ਤੇ ਚਲੋ ਨਹੀਂ ਨੇ, ਕਾਫੀ ਭਗਦੜ ਹੈ ਓਟਵਾ ਦੇ ਵਿੱਚ, ਬੜੀ ਸਰਗਰਮੀ ਹੈ। ਤੇ ਕਿਉਂਕਿ ਉਹਨਾਂ ਨੇ ਮੋਸ਼ਨ ਵੀ ਕੱਲ੍ਹ ਪੇਸ਼ ਕੀਤਾ ਸੀਗਾ ਵੀ ਐਮਰਜੈਂਸੀ ਦਾ ਉਹ ਜਿਹੜਾ ਉਹ ਮੋਸ਼ਨ ਆ ਉਹ ਪਾਸ ਕਰਾਉਣਾ ਆ, ਉਹਦੇ ਲਈ ਡਿਬੇਟ ਜਿਹੜੀ ਆ ਵੀ ਹਾਊਸ ਆਫ ਕਾਮਨਸ ਦੇ ਵਿੱਚ ਕੱਲ੍ਹ ਚੱਲਦੀ ਰਹੀ ਸਾਰਾ ਦਿਨ, ਬਹੁਤ ਤਕੜੀ ਹੋਈ ਜੀ ਜੀ ਹਨਾ। ਤੇ ਅੱਜ ਵੀ ਜਾਣੀ ਉਹ ਕੰਟੀਨਿਊ ਕਰਨੀ ਸੀ, ਪਰ ਹੁਣ ਅੱਜ ਜਿਹੜਾ ਜੀ ਪੀ ਉਹ MPਆਂ ਨੂੰ ਹੀ ਕਹਿ ਦਿੱਤਾ ਗਿਆ ਵੀ ਤੁਸੀਂ ਪਾਰਲੀਮੈਂਟ ਤੋਂ ਦੂਰ ਹੀ ਰਹਿਣਾ ਅੱਜ, ਕਿਉਂਕਿ ਉੱਥੇ ਐਕਸ਼ਨ ਪੁਲਿਸ ਦਾ ਜਿਹੜਾ ਵੱਡਾ ਸ਼ੁਰੂ ਹੋ ਚੁੱਕਾ ਜੀ। ਇੱਕ ਤੇ ਜਿਹੜਾ ਹਾਊਸ ਆਫ ਕਾਮਨਸ ਆ ਜੀ ਵੀ ਉਹਦਾ ਸਦਨ ਅੱਜ ਦੇ ਦਿਨ ਲਈ ਉਠਾਇਆ ਗਿਆ, ਸਸਪੈਂਡ ਕੀਤਾ ਗਿਆ ਕਹਿ ਲਓ ਵੀ, ਕੱਲ ਨੂੰ ਸੰਭਾਵਨਾ ਹੈ ਦੁਬਾਰਾ ਜੁੜੂਗਾ ਜਿਹੜਾ, ਤੇ ਫਿਰ ਅਗਲੇ ਹਫਤੇ ਮੋਸ਼ਨ ਤੇ ਵੋਟਿੰਗ ਜਿਹੜੀ ਆ ਜੀ ਵੀ ਉਹ ਹੋਣੀ ਆ। ਉਹ ਵੋਟਿੰਗ ਆ ਜਿਹੜੀ ਜੀ ਵੀ ਉਹ NDP ਦੇ ਸਪੋਰਟ ਦੇ ਨਾਲ ਮੋਸ਼ਨ ਪਾਸ ਤੇ ਹੋ ਜਾਣ ਦੀ ਸੰਭਾਵਨਾ ਹੈ। ਲਿਬਰਲ ਇਨਕਮੈਂਡ ਨੇ ਚਲੋ ਉਹਨਾਂ ਤੇ MPਆਂ ਨੇ ਤੇ ਹੱਕ 'ਚ ਹੀ ਵੋਟ ਪਾਣੀ ਹੈ ਜੀ, ਪਰ ਕੰਜ਼ਰਵੇਟਿਵ ਪਾਰਟੀ ਦਾ ਵੱਡਾ ਇਤਰਾਜ਼ ਆ ਵੀ ਸਰਕਾਰ ਨੂੰ ਜੀ ਵੀ ਇਹ ਐਮਰਜੈਂਸੀ ਲਾਉਣ ਤੋਂ ਪਹਿਲਾਂ ਜਿਹੜੇ ਸਟੈਪਸ ਲੈਣੇ ਚਾਹੀਦੇ ਸੀਗੇ, ਜਿੱਦਾਂ ਪਹਿਲੇ ਦਿਨ ਤੋਂ ਆਪਾਂ ਵੀ ਗੱਲ ਕਰ ਹੀ ਰਹੇ ਹਾਂ ਵੀ ਜੇ ਉਹਨਾਂ ਨਾਲ ਰਿਸਪੈਕਟ ਦੇ ਕੇ ਰਿਸਪੈਕਟ ਲੈ ਲਈ ਜਾਂਦੀ ਪਹਿਲੇ ਦਿਨ ਤੋਂ ਹੀ, ਗੱਲ ਕਰਨ ਤੋਂ ਨਾ ਹੀ ਕਰ ਦਿੱਤੀ ਵੀ ਇੱਥੇ ਨਾ ਦੇਖੋ ਇੱਕ ਹੁੰਦਾ ਵੀ ਆਪਾਂ ਕੋਸ਼ਿਸ਼ ਕੀਤੀ ਹੈ ਨਾ, ਗਵਰਨਮੈਂਟ ਨੇ ਗੱਲ ਕਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਜਾ ਤੇ ਹੋਏ ਵੀ ਅਸੀਂ ਕੋਸ਼ਿਸ਼ ਕੀਤੀ, ਉਹਨਾਂ ਨੇ ਨਾ ਕਰਤੀ, ਉਹ ਕਹਿੰਦੇ ਜੀ ਅਸੀਂ ਨਹੀਂ ਗੱਲ ਕਰਨੀ ਤੁਹਾਡੇ ਨਾਲ। ਇਹ ਤਾਂ ਜਸਟਿਨ ਟਰੂਡੋ ਸਾਹਿਬ ਨੇ ਕਹਿਤਾ ਵੀ ਇਹ ਥੋੜੇ ਗਏ ਆ, ਇਹਨਾਂ ਨਾਲ ਗੱਲ ਕਰਨ ਦੀ ਲੋੜ ਹੀ ਨਹੀਂ ਹੈ। ਸੋ ਇਹ ਕੰਜ਼ਰਵੇਟਿਵ ਪਾਰਟੀ ਵਾਲੇ ਵੀ ਇਸ ਇਸ਼ੂ ਨੂੰ ਮੜੀ ਪਾਰਲੀਮੈਂਟ ਦੇ ਵਿੱਚ ਕਾਫੀ ਉਭਾਰ ਰਹੇ ਨੇ ਵੀ ਉਹ ਡੈਫੀਨੇਸ਼ਨ ਜਿਹੜੀ ਆ ਜੀ ਵੀ ਐਮਰਜੈਂਸੀ ਲਾਉਣ ਦੀ ਪੂਰੀ ਨਹੀਂ ਹੋਈ ਲੱਗਦੀ, ਜਿਹਦੇ ਕਰਕੇ ਕਿ ਕੋਰਟ ਦੇ ਵਿੱਚ ਵੀ ਜੇ ਬਕਾਇਦਾ ਤੌਰ ਤੇ ਕੇਸ ਗਿਆ ਹੋਇਆ। ਇਸੇ ਦੌਰਾਨ ਇਹ ਸੰਸਦ ਦੇ ਵਿੱਚ ਇਸਦੀ ਜਿਹੜੀ ਡਿਸਕਸ਼ਨ ਆ ਜੀ ਵੀ ਅੱਜ ਦਾ ਦਿਨ ਉਹ ਸਸਪੈਂਡ ਹੈ। ਸੈਨੇਟ ਦਾ ਜਿਹੜਾ ਸਦਨ ਆ ਜੀ ਵੀ ਉਹ ਵੀ ਸਸਪੈਂਡ ਕੀਤਾ ਗਿਆ, ਵੈਸੇ ਉਹ ਤੇ ਐਤਵਾਰ ਨੂੰ ਹੁਣ ਬਾਅਦ ਦੁਪਹਿਰ 2 ਵਜੇ ਤੱਕ ਉਠਾਇਆ ਗਿਆ। ਕੁੱਲ ਮਿਲਾ ਕੇ ਜਾਣੀ ਆਪਾਂ ਕਹਿ ਸਕਦੇ ਹਾਂ ਵੀ ਓਟਵਾ ਜਿਹੜਾ ਸ਼ਹਿਰ ਆ ਜੀ ਵੀ ਇਸ ਵੇਲੇ ਉਹ ਪੁਲਿਸਾਂ ਦੇ ਹੱਥ ਵਿੱਚ ਆ, ਤੇ ਡਾਊਨਟਾਊਨ ਪੂਰੀ ਤਰ੍ਹਾਂ ਓਟਵਾ ਦਾ ਜਿਹੜਾ ਉਹ ਸੀਲ ਕੀਤਾ ਹੋਇਆ। 100 ਤੋਂ ਜ਼ਿਆਦਾ ਜਿਹੜੀਆਂ ਚੈੱਕ ਪੋਸਟਾਂ ਬਣਾਈਆਂ ਹੋਈਆਂ, ਤੇ ਜੇ ਉਹ ਮਤਲਬ ਪ੍ਰੋਟੈਸਟਰ ਜਿਹੜੇ ਹੈਗੇ ਆ ਵੀ ਉਹਨਾਂ ਦੀ ਐਂਟਰੀ ਆਉਣ ਤੇ ਜਾਣ ਤੇ ਉੱਥੇ ਬਿਲਕੁਲ ਨਜ਼ਰ ਰੱਖੀ ਜਾ ਰਹੀ ਆ। ਤੇ ਪੁਲਿਸ ਹੁਣ ਪਹੁੰਚ ਕੇ ਜਾਣੀ ਇਕੱਲੇ ਇਕੱਲੇ ਉਹ ਵਿਖਾਵਾਕਾਰੀ ਨੂੰ ਉਹਦੇ ਲਾਗੇ ਪੁੱਛਦੇ ਨੇ ਵੀ ਹਾਂਜੀ ਮਰਜ਼ੀ ਨਾਲ ਚੱਲ ਜਾਓਗੇ ਕਿ ਨਹੀਂ, ਉਹ ਕਹਿਣ ਜੀ ਨਹੀਂ ਤੇ ਫਿਰ ਹੱਥ ਕੜੀ ਲੱਗਦੀ ਆ ਜੀ। ਸੋ ਉਸ ਲਿਹਾਜ਼ ਨਾਲ ਜਿਹੜੀਆਂ ਅਰੈਸਟ ਆ ਉਹ 1/2 ਦਰਜਨ ਤੱਕ ਹੁਣ ਤੱਕ ਹੋ ਚੁੱਕੀਆਂ, ਪਰ ਉਹਨਾਂ ਨੇ ਜਾਣੀ ਕਿ ਬੜੀ ਚੁਸਤੀ ਨਾਲ ਜਿਹੜੇ ਆਪਣੇ ਟਰੱਕ ਟ੍ਰੇਲਰ ਜਾਂ ਜੋ ਵੀ ਸੜਕਾਂ ਰੋਕੀਆਂ ਹੋਈਆਂ ਨਾ ਅਰਜ, ਹੁਣ ਓਟਵਾ ਕੋਈ ਏਡਾ ਵੱਡਾ ਸ਼ਹਿਰ ਤਾਂ ਹੈ ਨਹੀਂ ਗਾ, ਰਾਈਟ, ਉਹਨਾਂ ਨੇ ਲੇਕਿਨ 10 ਕਿਲੋਮੀਟਰ ਤੱਕ ਦੂਰ ਦੂਰ ਬੰਦ ਕੀਤੀਆਂ ਵੀ ਇੰਨਾ ਸੌਖਾ ਨਾ ਹੋਵੇ ਹੋਵੇ ਪੁਲਿਸ ਵਾਸਤੇ ਵੀ ਏਡੀ ਛੇਤੀ ਉਹ ਖੋਲ ਦੇਣ ਸਭ ਕੁਛ। ਸੋ ਜਿਸ ਕਰਕੇ ਜਿਹੜਾ ਇਹ ਆਪਰੇਸ਼ਨ ਆ ਜਾਣੀ ਕਿ ਵੀ ਇਹ ਅੱਜ ਦਿਨ ਭਰ ਚੱਲਦੇ ਰਹਿਣ ਦੀ ਸੰਭਾਵਨਾ ਆ, ਹੋਰ ਅਰੈਸਟ ਹੋ ਸਕਦੀਆਂ। ਉਸ ਤੋਂ ਬਾਅਦ ਜਿਹੜੀਆਂ ਸਾਰੀਆਂ ਰੋਕਾਂ ਹਟਾ ਕੇ ਟਰੱਕ ਜੋ ਵੀ ਉੱਥੇ ਖੜੇ ਨੇ ਰਾਹਾਂ 'ਚ ਉਹਨਾਂ ਨੂੰ ਕਰਕੇ ਸਾਫ਼ ਸਫਾਈ ਪਰੇ,
ਤੇ ਫੇਰ ਜਿਹੜੀ ਕਿਤੇ ਜਾ ਕੇ ਟ੍ਰੈਫਿਕ ਉਹ ਨੋਰਮਲ ਹੋ ਸਕਦੀ ਆ। ਪਰ ਜੀ ਜਿੱਦਾਂ ਆਪਾਂ ਕੱਲ ਵੀ ਗੱਲ ਕੀਤੀ ਸੀ ਵੀ ਇਹ ਦੁਬਾਰਾ ਕਿਤੇ ਹੋਰ ਨਹੀਂ ਜਾ ਕੇ ਬਹਿ ਜਾਣਗੇ, ਜੇ ਥੋੜੇ ਜਿਹਾ ਨੂੰ ਇਹ ਫੜ ਵੀ ਲੈਣਗੇ ਤਾਂ ਜਿੱਦਾਂ ਉਹ ਓਟਵਾ ਤੋਂ ਚੱਲੇ ਹੋਏ ਸੀਗੇ ਨਾ, ਅੱਧੀ ਦਰਜਨ ਟਰੱਕ ਵਿੰਡਸਰ ਦੁਬਾਰਾ ਫੇਰ ਅੰਬੈਸਡਰ ਬ੍ਰਿਜ ਅਸੀਂ ਬੰਦ ਕਰਨਾ ਵੀ ਉਹਨਾਂ ਨੂੰ ਰਾਹ 'ਚ ਰੋਕਿਆ। ਇਸ ਤਰੀਕੇ ਦੇ ਨਾਲ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਟੈਂਸ ਸਿਚੁਏਸ਼ਨ ਹੈ, ਲੱਗਦਾ ਵੀ ਬਣੀ ਰਹੂਗੀ, ਭਾਵੇਂ ਇੱਕ ਵਾਰੀ ਇਹਨਾਂ ਨੂੰ ਉਠਾ ਕੇ ਜਾਣੀ ਉੱਥੋਂ ਸਾਫ਼ ਸਫਾਈ ਕਰਕੇ ਦੁਬਾਰਾ ਮਾਹੌਲ ਆਮ ਵਰਗਾ ਕਰਨ ਦੀ ਕੋਸ਼ਿਸ਼ ਹੋਵੇ। ਪਰ ਇਹ ਕਾਫ਼ੀ ਜਾਣੀ ਰਸਵਾਈ ਕੈਨੇਡਾ ਦੀ ਦੁਨੀਆ ਭਰ ਦੇ ਵਿੱਚ ਹੋ ਰਹੀ ਆ ਵੀ 3 ਐਮਰਜੈਂਸੀਆਂ ਲਾਈਆਂ ਹੋਈਆਂ ਤੇ ਐਮਰਜੈਂਸੀ ਲਾ ਕੇ ਜਾਣੀ ਕਿ ਵੀ ਇਹ ਮੁੱਠੀ ਭਰ ਲੋਕ ਜਿਹੜੇ ਆ ਵੀ ਉਹਨਾਂ ਨੂੰ ਅਸੀਂ ਜਿੱਦਾਂ ਕੋਈ ਬਹੁਤ ਵੱਡੀ ਜੰਗ ਦਾ ਸਾਹਮਣਾ ਕਰ ਰਹੇ ਹਾਂ ਵੀ ਉੱਥੇ ਸਾਨੂੰ ਏਡੇ ਵੱਡੇ ਆਪਰੇਸ਼ਨ ਜਿਹੜੇ ਆ ਜੀ ਵੀ ਕੰਮ ਜਿਹੜੇ ਉਹ ਕਰਨੇ ਪੈ ਰਹੇ ਆ। ਜੀ ਗੱਲਾਂ ਜਾਣੀ ਕਿ ਅਸੀਂ ਕਈ ਵਾਰੀ ਰੂਸ ਦਾ ਮੁਕਾਬਲਾ ਕਰਨ ਦੀਆਂ ਕਰਦੇ ਹਾਂ, ਸੋ ਲੇਕਿਨ ਇਸ ਵੇਲੇ ਜਿਹੜਾ ਪੁਲਿਸ ਦਾ ਵੱਡਾ ਆਪਰੇਸ਼ਨ ਹੈ ਜੀ ਵੀ ਇਹ ਕੈਪੀਟਲ ਸਿਟੀ ਓਟਵਾ 'ਚ ਜਾਰੀ ਹੈ। ਜੋਲ ਸਾਹਿਬ, ਅਸੀਂ 2022 ਦੇ ਵਿੱਚ ਇਸ ਵੇਲੇ ਕਦਮ ਰੱਖ ਚੁੱਕੇ ਹਾਂ ਜੀ, ਐਂਡ ਇਸ ਵੇਲੇ ਮਰਡਰ ਰੇਟ 13th ਮਰਡਰ ਇਸ ਵੇਲੇ ਸਾਹਮਣੇ ਆ ਰਿਹਾ ਜੀ, ਇਹਦੀ ਕੀ ਖਬਰ ਹੈ? ਟੋਰਾਂਟੋ ਦੇ ਵਿੱਚ ਹੋਇਆ ਇਹ ਵਾਰਦਾਤ। ਹਾਂ ਜੀ, ਦੇਖੋ ਦਿਨ ਤੇ ਹੈਗਾ ਅਣਜਮਾ ਹੈ ਨਾ, ਅੱਜ ਨਵਾਂ ਸਾਲ, ਹੁਣ ਪੁਰਾਣਾ ਤੇ ਹੋ ਹੀ ਗਿਆ ਨਾ, ਕਿਉਂਕਿ ਗੱਲਾਂ 'ਚ ਸਾਰੀਆਂ ਪੁਰਾਣੇ ਵਾਲੀਆਂ ਹੀ ਆ। ਹਾਂਜੀ, ਸੋ ਪੁਰਾਣੇ ਵਾਲੀਆਂ ਜੇ ਗੱਲਾਂ ਆ ਤੇ ਫਿਰ ਘਟਨਾਵਾਂ ਖਾਸ ਤੌਰ ਤੇ ਆਮ ਤੌਰ ਤੇ ਜੋ ਵਾਪਰਦਾ ਰਿਹਾ ਪਿਛਲੇ ਸਾਲਾਂ ਦੇ ਦੌਰਾਨ ਉਹੀ ਬੇਰੋਕ ਟੋਕ ਜਿਹੜਾ ਜੀ ਇਸ ਸਾਲ ਵੀ ਜਾਰੀ ਹੈ। ਸਪੈਸ਼ਲੀ ਜਾਣੀ ਕਿ ਇਹ ਜਿਹੜੀਆਂ ਸ਼ੂਟਿੰਗਸ ਹੁੰਦੀਆਂ ਨੇ ਜਾਂ ਸਟੈਬਿੰਗਸ ਹੁੰਦੀਆਂ ਨੇ ਵੀ ਕਿਤੇ ਚਾਕੂ ਚੱਲ ਗਿਆ, ਚਾਕੂ ਵੈਸੇ ਸਕਾਰਬੋਰੋ 'ਚ ਰਾਤੀ ਵੀ ਚੱਲਿਆ, ਜੀ, ਔਰ ਸਰੋਤੇ ਹੈਰਾਨ ਹੋ ਜਾਣਗੇ ਵੀ ਕਿਹੜੀ ਗੱਲੋਂ ਇਹ ਚਾਕੂ ਚੱਲ ਗਿਆ। ਹੁਣ ਤੁਸੀਂ ਦੇਖੋ ਰਾਤ ਦੇ 2:30 ਵਜੇ ਉਹ ਆ, 2:30 ਉਹ ਜੀ ਕਹਿੰਦੇ ਸੜਕ ਤੇ ਕੋਈ ਗੱਡੀ ਨੂੰ ਝਰੀਟਾਂ ਜਾਂ ਨੁਕਸਾਨ ਕੋਈ ਕਰ ਰਿਹਾ ਸੀਗਾ, ਸ਼ਰਾਰਤੀ ਕਹਿ ਲਓ, ਤੇ ਉਹਨੂੰ ਜਾ ਕੇ ਰੋਕਿਆ ਕਿਸੇ ਬੰਦੇ ਨੇ ਵੀ ਤੂੰ ਐ ਨਾ ਕਰ ਹਨਾ, ਤੇ ਉਹ ਜਾਣੀ ਇੰਨੇ 'ਚ ਚਾਕੂ ਨੀ ਮਾਰ ਦਿੱਤਾ ਉਹਨੇ ਬੰਦੇ ਨੂੰ, ਓਹ ਚਾਕੂ ਮਾਰ ਦਿੱਤਾ। ਸੋ ਚਾਕੂ ਮਾਰ ਦਿੱਤਾ, ਉਹ ਸੀਰੀਅਸ ਕੰਡੀਸ਼ਨ ਦੇ ਵਿੱਚ ਹੋਸਪਿਟਲ ਦੇ ਵਿੱਚ ਲੈ ਕੇ ਗਏ ਤੇ ਉਹ ਜਿਹੜਾ ਜਾਣੀ ਚਾਕੂਧਾਰੀ ਆ ਉਹ ਮੌਕੇ ਤੋਂ ਨੱਸ ਗਿਆ। ਇੱਦਾਂ ਹੀ ਇਹ ਜਿਹੜਾ ਨਾਰਥ ਯਾਰਕ ਦੇ ਵਿੱਚ ਕੱਲ੍ਹ ਜਿਹੜੀ ਅੱਜ ਕੋਈ ਸ਼ੂਟਿੰਗ ਹੋਈ ਆ ਤੇ ਇੱਕ ਨੌਜਵਾਨ ਦੀ ਜਾਨ ਜਿਹੜੀ ਆ ਉਹ ਗਈ ਆ। ਸੋ ਆਪਾਂ ਗੱਲ ਕਰਦੇ ਹਾਂ ਵੀ ਇਹ ਜਿੰਨੀਆਂ ਵੀ ਕਤਲਾਂ ਦੀਆਂ ਘਟਨਾਵਾਂ ਵਾਪਰਦੀਆਂ ਆਮ ਤੌਰ ਤੇ ਇੱਕ ਦੂਸਰੇ ਦੇ ਵਾਕਫ ਹੀ ਹੁੰਦੇ ਨੇ ਇਹ ਲੋਕ, ਤੇ ਜਿਹੜੀਆਂ ਉਮਰਾਂ ਵੀ ਇਹਨਾਂ ਦੀਆਂ ਯੰਗ ਏਜ ਹੁੰਦੀ ਹੈ, ਜੀ, ਮਗਰੋਂ ਫਿਰ ਪੇਰੈਂਟਸ ਦੇ ਫੈਮਿਲੀਜ਼ ਦੇ ਪੱਲੇ ਤਾਂ ਰੋਣਾ ਹੀ ਪੈਂਦਾ। ਪਰ ਸਮਝਦੇ ਰਹਿੰਦੇ ਆ ਜਾਣੀ ਕਿ ਥੋੜ੍ਹਾ ਜਿਹਾ ਇਹ ਅੱਜ ਕਿ ਜਿਹੜੀਆਂ ਇਹ ਆਪਾਂ ਕੰਨ ਕੇ ਸਲਮਾਰ ਛੱਡਦੇ ਹਾਂ ਵੀ ਆਪਾਂ ਸਿਫਤਾਂ ਹੀ ਕਰੀ ਤੁਰ ਜਾਂਦੇ ਹਾਂ, ਜਾਂ ਫਿਰ ਆਪਾਂ ਬੈਡਰੂਮ ਜਿਹੜੇ ਆ ਜੀ ਵੀ ਉੱਥੇ ਉਹ ਸੌਣ ਵਾਸਤੇ ਵਰਤੇ ਜਾ ਰਹੇ ਤੇ ਜਾਗਣ ਵਾਸਤੇ ਨਹੀਂ ਦੇਖਿਆ ਜਾਂਦਾ। ਸੋ ਇਹ ਕੰਪਿਊਟਰਾਂ ਤੇ ਸੈੱਲ ਫੋਨਾਂ ਦੇ ਅੱਗੇ ਬਹਿਣ ਦੇ ਵਾਸਤੇ ਆਈ ਡੋਂਟ ਨੋ ਵੀ ਬੈਡਰੂਮ ਬਣੇ ਆ ਕਿ ਜਾਂ ਘਰ ਦਾ ਕੋਈ ਹੋਰ ਹਿੱਸਾ ਹੁੰਦਾ। ਸੋ ਇਹ ਦੇਖਣ ਵਾਲੀ ਗੱਲ ਹੈ ਵੀ ਬੈਡਰੂਮ ਸੌਣ ਵਾਸਤੇ ਹੈ ਵੀ ਉੱਥੇ ਸੁੱਤਾ ਜਾ ਰਿਹਾ ਕਿ ਜਾਂ ਕੀ ਕੀਤਾ ਜਾ ਰਿਹਾ ਫੋਨਾਂ ਤੇ ਲੈਪਟੋਪਾਂ ਤੇ। ਇਹਨਾਂ ਗੱਲਾਂ ਤੇ ਜੇ ਪੇਰੈਂਟਸ ਦੀ ਨਜ਼ਰ ਨਹੀਂ, ਜੇ ਪੇਰੈਂਟਸ ਅਸਮਰੱਥ ਆ, ਬਹੁਤ ਸਾਰੇ ਪੇਰੈਂਟਸ ਅਸਮਰੱਥ ਆ ਕਿਉਂਕਿ ਉਹਨਾਂ ਨੂੰ ਕੰਪਿਊਟਰ ਦੀ ਸਮਝ ਹੀ ਨਹੀਂ ਹੈ। ਸੋ ਬੱਚੇ ਨੇ ਕਹਿ ਤਾ, ਬੱਚੀ ਨੇ ਕਹਿ ਤਾ ਮੈਂ ਪੜ੍ਹ ਰਹੀ ਹਾਂ ਜੀ, ਉਹ ਅਸਲ ਵਿੱਚ ਉਹ ਪੜ੍ਹ ਰਹੀ ਆ ਕਿ ਤਾਂ ਕੀ ਰਾਤ ਦੇ 3 ਵਜੇ ਹੋ ਰਿਹਾ। ਸੋ ਇਹ ਦੇਖਣ ਵਾਲੀਆਂ ਗੱਲਾਂ ਨੇ ਜਿਹਦੇ ਕਿ ਸਿੱਟੇ ਇਸ ਰੂਪ ਦੇ ਵਿੱਚ ਕਈ ਵਾਰੀ ਸਾਹਮਣੇ ਆਉਂਦੇ ਆ। ਸੋ ਸਮਝਦੇ ਰਹਿੰਦੇ ਆ, ਬਾਅਦ ਦੇ ਵਿੱਚ ਤੇ ਫਿਰ ਕੰਚ ਕਸੁੰਨ ਹੈਗੇ ਆ, ਪਛਤਾਵਾ ਹੈਗਾ ਆ ਪੱਲੇ, ਪਰ ਥੋੜ੍ਹਾ ਜਿਹਾ ਸਮਝਦੇ ਰਹਿੰਦੇ ਆ ਵੀ ਜ਼ਿਆਦਾ ਚੌਕਸ ਹੋਣ ਦੀ ਲੋੜ ਹੈ। ਜਿਹਨਾਂ ਪੇਰੈਂਟਸ ਨੇ ਇਹ ਗੱਲ ਪੱਕੀ ਕੀਤੀ ਹੋਈ ਆ ਘਰ ਦੇ ਵਿੱਚ ਵੀ ਬੈਡਰੂਮ ਸੌਣ ਵਾਸਤੇ ਹੈ, ਇਹ ਕੰਪਿਊਟਰਾਂ ਤੇ ਸੈੱਲ ਫੋਨਾਂ ਦੀ ਜਗ੍ਹਾ ਬੈਡਰੂਮ ਤੋਂ ਬਾਹਰ ਆ, ਮੁਕਾਬਲਤਨ ਜਨੋ ਕਾਫੀ ਸੁਖੀ ਨੇ, ਉਹਨਾਂ ਦੇ ਬੱਚੇ ਵੀ ਬੈਟਰ ਨੇ। ਆਲਰਾਈਟ ਜੋਲ ਸਾਹਿਬ, ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਅਗਰ ਤੁਸੀਂ ਜੋਲ ਸਾਹਿਬ ਦੇ ਵਟਸਐਪ ਗਰੁੱਪ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹੋ, ਇਹਨਾਂ ਨਾਲ ਗੱਲਾਂ ਬਾਤਾਂ ਕਰਨਾ ਚਾਹੁੰਦੇ ਹੋ, ਭਾਵ ਕੋਈ ਕਮਿਊਨਿਟੀ ਇਨਫੋਰਮੇਸ਼ਨ ਸਾਂਝੀ ਕਰਨਾ ਚਾਹੁੰਦੇ ਹੋ, ਤਾਂ 416-895-3784 ਤੇ ਜੋਲ ਸਾਹਿਬ ਨੂੰ ਇੱਕ ਰਿੰਗ ਭੇਜ ਦਿਓ ਜੀ ਵਟਸਐਪ ਗਰੁੱਪ ਤੇ, ਐਂਡ ਹੀ ਵਿਲ ਐਡ ਯੂ, ਐਂਡ ਨਿਊਜ਼ ਵਿਊਜ਼ ਗੱਲਾਂ ਬਾਤਾਂ ਅਪ ਟੂ ਡੇਟ ਨਿਊਜ਼ ਤੁਹਾਡੇ ਵਟਸਐਪ ਮੈਸੇਜਿਸ ਦੇ ਉੱਤੇ ਪਹੁੰਚ ਜਾਣਗੇ। 416-895-3784 ਜੋਲ ਸਾਹਿਬ, ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਹਾਂ ਮਿਹਰਬਾਨੀ ਅਰਸ਼, ਇੰਨਾ ਕੀ ਆ, ਬਸ ਬਹੁਤ ਸਾਰੇ ਭੈਣ ਭਰਾ ਸਾਨੂੰ ਨਾ ਟਾਈਮ ਦਿਨੇ ਕਾਫੀ ਫੋਨ ਦੇ ਜਿਹੜੇ ਬਿਜ਼ੀ ਰੱਖਦੇ ਕਈ ਵਾਰੀ ਹੈ ਨਾ, ਧੰਨਵਾਦ ਆ, ਇੰਨਾ ਵਿਸ਼ਵਾਸ ਆ ਉਹਨਾਂ ਦੇ ਆਪਣੇ 'ਚ। ਪਰ ਇਹ ਆ ਜੀ ਵੀ ਜਦੋਂ ਉਹ ਫੋਨ ਕਰਨ ਸਾਨੂੰ ਉਹਨਾਂ ਦੇ ਨਾਂ ਦੀ ਥੋੜਾ ਜਿਹਾ ਲੋੜ ਹੁੰਦੀ ਫੋਨ ਨੰਬਰ, ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਬਹੁਤ ਸਾਰੇ ਭੈਣ ਭਰਾ ਜਾਣੀ ਉਹ ਹੈਜੀਟੈਂਟ ਹੁੰਦੇ ਆ ਵੀ ਨਾਂ ਲੁਕਾਉਂਦੇ ਜੇ ਕਰਨਗੇ ਹੈ ਨਾ, ਵੀ ਹੁਣ ਮਤਲਬ ਜੇ ਥੋੜਾ ਜਿਹਾ ਹੁਣ ਫੋਨ ਨੰਬਰ ਸੇਵ ਕਰਨ ਨੂੰ ਕੁਛ ਇਨਫੋਰਮੇਸ਼ਨ ਚਾਹੀਦੀ ਆ ਹਨਾ। ਚਲੋ ਜੀ, ਤੁਸੀਂ, ਮੈਂ ਕਹਿੰਦਾ ਕਿ ਆਪਣਾ ਅਸਲ ਨਾਮ ਨਹੀਂ ਦੇਣਾ, ਤੁਸੀਂ ਆਪਣਾ ਕੋਈ ਹੋਰ ਨਾਮ ਦੇ ਦਿਓ ਜੀ, ਨਿਕਨੇਮ ਨਾਮ ਦੇ ਦਿਓ ਜੀ। ਯੈਸ, ਬਟ ਦੇ ਨੋ ਕਿ ਉਹਨਾਂ ਦੀ ਗੱਲ ਕਿਹਦੇ ਨਾਲ ਹੋ ਰਹੀ ਆ, ਸੋ ਇਸ ਕਰਕੇ ਐਡੀ ਕੋਈ ਸੰਗਣ ਵਾਲੀ ਗੱਲ ਨਹੀਂ ਹੁੰਦੀ, ਪਰ ਬਹੁਤ ਸਾਰਿਆਂ ਦਾ ਸਤਿਕਾਰ ਹੈ ਜੀ, ਬਹੁਤ ਜੀ, ਥੈਂਕ ਯੂ ਸੋ ਮਚ ਜੋਲ ਸਾਹਿਬ, ਥੈਂਕ ਯੂ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।